ਅਸੀਂ ਸਪਰੇ ਕਰਦੇ ਪਏ ਆ, ਟੈਂਕੀ ਭਰ ਕੇ ਰੱਖੀ ਆ, ਪਿੱਛੇ ਖਾਲ ਚ ਡਿੱਗ ਪਈ ਹੈ ਤੇ ਹੁਣ ਸਟਾਰਟ ਨਹੀਂ ਹੁੰਦੀ ਪਈ। ਅਸਲਾਮੁ ਅਲੈਕੁਮ, ਕੀ ਹਾਲ ਵੀਰੋ, ਠੀਕ ਹੋ? ਮੈਂ ਤੁਹਾਡਾ ਆਪਣਾ ਵਕਾਰ ਭਿੰਡਰ ਤੇ ਅੱਜ ਆਪਾਂ ਕਰਦੇ ਆ ਅੱਜ ਦਾ ਵਲੌਗ ਸ਼ੁਰੂ, ਠੀਕ ਹੈ? ਅਸੀਂ ਕਰ ਰਹੇ ਆ ਅੱਜ ਮੂੰਜੀ ਨੂੰ ਸਪਰੇ ਤੇ ਉਹਦੀ ਵੀਡੀਓ ਬਣਾਉਣ ਲੱਗੇ ਆ, ਕਿਉਂਕਿ ਮੂੰਜੀ ਨਿਸਰਾਂ ਲੱਗ ਪਈ ਹੁਣ, ਇਸ ਵਜ੍ਹਾ ਤੈਨੂੰ ਪਤਾ ਲਵੇੜ ਦੀ ਬਿਮਾਰੀ ਆਈ ਹੈ, ਬਲਾਸਟ ਆਏ ਆ, ਤੇ ਇਸ ਕਰਕੇ ਸਪਰੇ ਕਰ ਦਈਏ। ਆ ਵਿੱਚ ਤੁਸੀਂ ਵੇਖਦੇ ਹੋਣੇ ਹੋ ਕਿਤੇ ਕਿਤੇ ਨਿਸਰੀ ਆ, ਕਿਤੇ ਕਿਤੇ ਨਹੀਂ, ਤੇ ਇਹਨੂੰ ਸਪਰੇ ਹੋਏਗੀ ਉਹ ਵੀ ਨਿਸਰ ਪੈਗੀ। ਤੇ ਅੱਜ ਮੇਰੇ ਨਾਲ ਹੈ ਮਾਨੂ ਤੇ ਸਿਕੰਦਰ, ਠੀਕ ਹੈ? ਅੱਜ ਅਸੀਂ ਸਪਰੇ ਕਰਨ ਲੱਗੇ ਹਾਂ ਕਿਉਂਕਿ ਕੰਮ ਬੜਾ ਵੱਧ ਗਿਆ, 25 ਕਿੱਲਿਆਂ ਨੂੰ ਸਪਰੇ ਕਰਨੀ ਹੈ, ਤੇ ਇਸ ਕਰਕੇ ਆ ਦੋ ਮੁੰਡੇ ਲਿਆਂਦੇ ਨੇ, ਇਹ ਆਪਣੇ ਪੁਰਾਣੇ ਬੇਲੀ ਨੇ, ਇਹ ਅੱਜ ਕਰਨਗੇ ਸਪਰੇ, ਠੀਕ ਹੈ? ਤੇ ਇਸ ਦੇ ਨਾਲ ਨਾਲ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਜ਼ਮੀ ਕਰ ਲੈਣਾ, ਕਿਉਂਕਿ ਸਾਡੀ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਜੇ। ਹੁਣ ਅਸੀਂ ਰਲਾਉਣ ਲੱਗੇ ਹਾਂ ਦਵਾਈ। ਸਿਕੰਦਰ ਖੋਲ ਲੱਸੂ ਪਾ ਦਵਾਈ। ਦਵਾਈ ਜਿਹੜੀ ਹੈ, ਦਵਾਈ ਅਸੀਂ ਕਰਨ ਲੱਗੇ ਹਾਂ ਅੱਜ, ਕਿਹੜੀ? ਰਲਾਏ ਰਲਾ ਨਹੀਂ, ਇਹ ਕਿਹੜੀ ਫੜ ਲਈ ਆ ਕਾਲੀ ਦੇ ਵਿੱਚ, ਮਤੇ ਸੋਚੇ ਮੇਰੀ ਵੀਡੀਓ ਬਣਦੀ ਪਈ ਹੈ ਤੇ ਗਲਤ ਮਲਤ ਨਾ ਰਲਾ ਦੀ। ਕਿਹੜੀ ਹੈ? ਪੈਰਾਜ਼ੋਲ, ਪੈਰਾਜ਼ੋਲ ਹੈ। ਉਹਦੇ ਨਾਲ ਨਾਲ ਇਹਨੂੰ ਖੋਲ ਪੇਟੀ ਨੂੰ, ਕੀ ਕਰਨ ਲੱਗਾ? ਗਿਣ ਕੇ ਪਾਈ? ਆਹੋ, ਮਤੇ ਉਹ ਨਾ ਬਾਅਦ ਉਹ ਛੁੱਟੇ ਖਾਵੇ, ਮੈਨੂੰ ਵੀ ਪਵਾਵੇ ਵੱਡਿਆਂ ਕੋਲ, ਕੰਮ ਖਰਾਬ ਹੋਈ ਫਿਰ ਠੁੱਡੇ ਹੀ ਪੈਲੇ ਨੇ, ਤੁਹਾਨੂੰ ਪਤਾ ਹੀ ਹੈ ਕੁੱਟ ਵੀ ਬਾਹਲੀ ਪੈਂਦੀ ਹੈ। ਇੱਕ ਹੈ ਰਲਾਏ ਤੇ ਇੱਕ ਹੈ ਪੈਰਾਜ਼ੋਲ, ਠੀਕ ਹੈ? ਇਹਦੇ ਨਾਲ ਨਾਲ ਇੱਕ ਹੈ ਕਰਨੀ ਹੈ, ਕਹਿ ਕਰਨੀ ਨੇ ਸਾਰੇ ਦੀ, ਨਾਲੇ ਬਲਾਸਟ ਨਾ ਪਵੇ, ਪਾਊਡਰ ਖੋਲ ਚਾਰ ਕਿੱਲਿਆਂ ਦੀ ਰਲਾਉਣੀ ਆ ਪਹਿਲਾਂ, ਠੀਕ ਹੈ? ਉਹ ਗਰਮੀ ਹੈ, ਬਾਲਾ ਮਾਰ ਜਾਏਗੀ ਤੇ ਬਾਹਰ ਰੁਲੇਗੀ, ਤੇ ਜਦੋਂ ਵੀ ਪੈਮਾਨਾ ਪਾਉਣਾ ਹੀ ਹਰ ਵਾਲ ਰਲਾ ਕੇ ਪਾਉਣੇ, ਠੀਕ ਹੈ? ਸਿਕੰਦਰੀ ਵੈਸੇ ਤੂੰ ਵੀ ਚਿੱਟਾ ਆ ਰਿਹਾ ਕਿ ਨਹੀਂ? ਮੂੰਹ ਨਾਲ ਖੋਲੀ। ਅਗਲੇ ਦਿਨ ਨਾ ਐ ਮੁੰਡਾ ਸੀ, ਅਸੀਂ ਸਪਰੇ ਕਰਨ ਗਏ ਤੇ ਉੱਥੇ ਜ਼ਹਿਰ ਖਿਲਾਰਦੇ ਪਏ ਸੀ ਮੂੰਜੀ ਨੂੰ, ਤੂੰ ਵੀ ਨਾਲ ਹੀ ਸੀ ਹਸਪਤਾਲ, ਤੂੰ ਵੀ ਸੀ? ਤੇ ਇਹਨਾਂ ਉੱਥੇ ਸ਼ਿਕੰਜਵੀ ਬਣਾਉਂਦੇ ਸੀ ਮਿੱਠਾ ਘੋਲਦਿਆਂ ਵਿੱਚ, ਕਿਤੇ ਜ਼ਹਿਰ ਸੀ, ਕਫ ਚੜਿਆ ਸੀ, ਇੰਜ ਕਫ ਫੋਲਡ ਕੀਤੇ ਸੀ ਉਹਨੇ, ਇੰਜ ਕਫ ਥੱਲੇ ਕੀਤੇ ਨੇ, ਸ਼ਿਕੰਜਵੀ ਚਲੀ ਗਈ ਜ਼ਹਿਰ ਦੇ ਵਿੱਚ, ਉਹਦੇ ਸ਼ਿਕੰਜਵੀ ਦੇ ਵਿੱਚ ਜ਼ਹਿਰ ਚਲਾ ਗਿਆ, ਤੇ ਇਹਨਾਂ ਗੌਰ ਨਹੀਂ ਕੀਤਾ, ਉਹ ਉਂਝ ਪੀ ਗਏ ਨੇ ਤੇ 8-10 ਬੰਦੇ ਸੀ ਸਾਰੇ ਹੀ ਹਸਪਤਾਲ ਚਲੇ ਗਏ ਸੀ, ਮਸੀ ਮਸੀ ਬੱਚੇ, ਬੋਤਲਾਂ ਸ਼ੋਤਲਾਂ ਲੱਗੀਆਂ, ਫਿਰ ਕਿਤੇ ਜਾ ਕੇ ਵਧੀਆ ਹੋਏ। ਤੇ ਮਾਕਸ ਮੂਕਸ ਹੈ ਜੇ? ਮਾਕਸ ਨਹੀਂ ਪਾਉਂਦੇ ਕਿਉਂ? ਅੱਛਾ, ਤੇਰੀ ਮਾਸੀ ਦੀ ਹੈ ਨਾ, ਤੇਰੇ ਨਾਲ ਰੱਜ ਗਈ। ਲੋਕਾਂ ਨੂੰ ਇਹ ਹੁੰਦਾ ਕਿ ਜੀ ਲੋਕੀ ਜੱਟਾਂ ਜ਼ਿਮੀਦਾਰਾਂ ਨੂੰ ਮੋਹ ਜੇ, 6-6 ਮਹੀਨੇ ਫਸਲ ਤੇ ਖਰਚਾ ਕਰੀਦਾ, ਮਿਹਨਤ ਕਰੀਦੀ ਆ, ਤੇ ਫੇਰ ਵੀ ਐਂਡ ਤੇ ਜਾ ਕੇ ਜੀ ਮੂੰਜੀ ਦਾ ਰੇਟ ਨਹੀਂ ਬਣਿਆ ਜੀ, ਇੰਜ ਨਹੀਂ ਹੋਇਆ, ਤੇ ਜਦੋਂ ਜੱਟਾਂ ਜ਼ਿਮੀਦਾਰਾਂ ਦੇ ਘਰੋਂ ਨਿਕਲ ਜਾਂਦੀ ਹੈ ਤੇ ਉਦੋਂ ਇਹਦਾ ਰੇਟ ਬਣ ਜਾਂਦਾ। ਪਤਾ ਹੀ ਗੱਲ ਏ, ਜਦੋਂ ਅਸੀਂ ਹੋਰ ਚੀਜ਼ਾਂ ਦੀ ਮਹਿੰਗਾਈ ਕਰਦੇ ਆ ਨਾ, ਮਤਲਬ ਜਿਵੇਂ ਕਿ ਹੋਰ ਚੀਜ਼ਾਂ ਮਹਿੰਗੀਆਂ ਹੁੰਦੀਆਂ ਮੁਲਕ ਦੇ ਵਿੱਚ, ਤੇ ਕਹਿੰਦੇ ਨੇ ਜੀ ਮੁਲਕ ਦੀ ਤਰੱਕੀ ਦਾ ਰਾਜ਼ ਹੈ ਯੇ ਵੋ, ਤੇ ਜਦੋਂ ਜ਼ਿਮੀਦਾਰ ਦੇ ਘਰੋਂ ਮੂੰਜੀ ਮਹਿੰਗੀ ਜਾਈ ਜਾਂ ਕਣਕ, ਤੇ ਲੋਕ ਕੀ ਖਾਣਗੇ, ਉਦੋਂ ਇਹਨਾਂ ਦੀਆਂ ਇਹ ਗੱਲਾਂ ਆ ਜਾਂਦੀਆਂ। ਜਦੋਂ ਸਾਡੀ ਮਿਹਨਤ ਦੀ ਖਾਦ ਦਾ ਤੋੜਾ DAP ਦਾ 7000 ਦਾ ਹੋ ਗਿਆ, ਉਹ ਕਿਸੇ ਨਹੀਂ ਵੇਖਦਾ, ਤੇ ਜੇ ਮੂੰਜੀ 2000 ਨੂੰ ਵਿਕ ਜਾਣੀ ਹੈ, ਉਹ ਸਾਰਿਆਂ ਨੂੰ ਵੇਖ ਜਾਣੀ ਹੈ ਕਿ ਮੂੰਜੀ 2000 ਨੂੰ ਐਡੀ ਮਹਿੰਗੀ ਗਰੀਬ ਖਾਏਗਾ ਨਹੀਂ। ਉਹ ਭਾਈ, ਜੇ ਗਰੀਬ ਪੈਲੀ 'ਚ ਖਾਦ ਪਾਏਗਾ ਤੇ ਅੱਗੋਂ ਗਰੀਬ ਲੈ ਕੇ ਖਾਏਗਾ ਨਾ, ਜੇ ਉਹ 7000 ਦਾ ਖਾਦ ਦਾ ਤੋੜਾ ਹੈ, ਉਹ ਕਿਵੇਂ ਐਡਾ ਮਹਿੰਗਾ ਲੈ ਕੇ ਪਾਏਗਾ? 7000 ਦਾ ਖਾਦ ਦਾ ਤੋੜਾ DAP ਦਾ, 2200 ਦਾ ਯੂਰੀਆ ਦਾ, 9200 ਹੋ ਗਿਆ, ਉਸ ਤੋਂ ਬਾਅਦ 5000 ਲਵਾਈ ਪਟਾਈ ਪਨੀਰੀ, 13-14000, ਠੀਕ ਹੈ 14000 ਹੋ ਗਿਆ। ਉਸ ਤੋਂ ਬਾਅਦ ਜਿਹੜੀ ਉੱਤੇ ਸਪਰੇਵਾਂ ਹੁੰਦੀਆਂ, ਖਰਚੇ ਹੋਰ ਬਥੇਰੇ, ਬਿਜਲੀ ਦੇ ਬਿੱਲ, ਪੈਲੀ ਦੀ ਵਹਾਈ, ਤੇਲ ਦਾ ਖਰਚਾ, ਉਹ ਯਾਦ ਹੀ ਨਹੀਂ, 25-30000 ਰੁਪਈਆ ਲੱਗ ਕੇ ਕਿਤੇ ਪੈਲੀ ਦਾ ਖਰਚਾ ਹੁੰਦਾ, ਤੇ 50000 ਰੁਪਈਆ ਜਿਹੜਾ ਠੀਕ ਹੈ, ਫਿਰ ਵੀ ਬੜਾ ਮੁਸ਼ਕਲ ਕੰਮ ਹੈ, ਬੱਸ ਹੋ ਜਾਂਦੀ ਕਸਮੇ। ਇਹ ਤੇ ਇਹਨਾਂ ਟੁਰਨਾ, ਇਹਨਾਂ ਨੂੰ ਪਤਾ ਲੱਗਣਾ ਆਪਾਂ ਅੱਜ ਰੈਸਟ 'ਚ, ਸਿਰਫ ਤੋਂ ਸਿਰਫ ਇਹਨਾਂ ਨੂੰ ਟੈਂਕੀਆਂ ਚੁਕਾਉਣੀਆਂ, ਪਾਣੀ ਪਾ ਪਾ ਕੇ ਟੈਂਕੀਆਂ ਚੁਕਾਈ ਜਾਣੀਆਂ, ਬਸ ਆਪਣਾ ਕੰਮ ਹੈ। ਵੈਸੇ ਮੈਨੂੰ ਤਾਂ ਵੀਡੀਓ ਬਣਾਉਣੀ ਪੈਣੀ, ਆਪਣੇ ਨਾਲ ਕਿਹੜਾ ਚੌਥਾ ਬੰਦਾ ਜਿਹੜਾ ਵੀਡੀਓ ਬਣਾਏਗਾ, ਟੈਂਕੀਆਂ ਵੀ ਆਪੇ ਚੁੱਕਣ ਗਏ। ਕੀ ਕਰਾਇਆ? 1500 ਕਿਹਦਾ? ਮੇਰਾ। ਤੇਰਾ 1500 ਕਿੱਥੇ ਗਵਾਚ ਗਿਆ ਯਾਰ? ਬੜੀ ਮਾੜੀ ਹੋਈ ਹੈ ਵੈਸੇ, ਇਸ ਬੰਦੇ ਦਾ ਨਾ 1500 ਰੁਪਈਆ ਗਵਾਚ ਗਿਆ ਸਵੇਰੇ ਸਵੇਰੇ, ਜੇ ਕਿਸੇ ਨੂੰ ਲੱਭਾ ਹੈ ਤੇ ਦੇ ਦੇ। ਲੋ ਜੀ, ਆ ਮਸ਼ੀਨਾਂ ਸਟਾਰਟ ਕਰਦੇ ਪਏ ਨੇ,
ਤੇ ਹੁਣ ਨਿਕਲਣ ਲੱਗੇ ਆ ਚਾਰ ਟੈਂਗੀਆਂ ਤੇ ਚਲਾਣੀਆਂ ਚਾਰ ਉਪਲੀ ਚ ਉਸ ਤੋਂ ਬਾਅਦ ਤਿੰਨ ਤਿੰਨ ਲਾਣੀਆਂ ਕਿੱਧਰੋਂ ਦੀ ਇਹ ਅਜੇ ਪਿੰਡ ਦੀ ਲਾਈਫ ਲੋਕਾਂ ਨੂੰ ਇਹਦੇ ਬੜਾ ਸਕੂਨ ਹੈ ਮੋਜਾਂ ਲੱਗੀਆਂ ਮਿਹਨਤ ਕਰਦੇ ਪਏ ਨੇ ਮਤਲਬ ਆਪਣੇ ਬੱਚਿਆਂ ਦਾ ਰਿਜ਼ਕ ਚਲਾਉਣ ਵਾਸਤੇ ਵੇਖ ਲਓ ਕਿਵੇਂ ਖੋਬੇ ਜਾਣਦਾ ਠੀਕ ਹੈ ਹਾਂਜੀ ਹੁਣ ਅਸੀਂ ਕਰਨ ਲੱਗੇ ਹਾਂ ਦੂਜੀ ਪੈਲੀ ਨੂੰ ਸਪਰੇ ਵੈਸੇ ਨਾ ਲੋਕ ਕਈ ਪੁੱਛਦੇ ਨੇ ਕਿ ਭਾਈ ਗਰਮੀ ਨਹੀਂ ਲੱਗਦੀ ਹੈ ਯੇ ਵੋ ਕੰਮ ਕਰਨ ਵਾਲੇ ਬੰਦੇ ਸਾਰਾ ਦਿਨ ਧੁੱਪੇ ਕੰਮ ਕਰਦੇ ਨੇ ਅਤੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਇੱਕ ਸੀ ਨਾ ਬਾਦਸ਼ਾਹ ਸਵੇਰੇ ਸਵੇਰੇ ਨਿਕਲਿਆ ਬਾਹਰ ਸੈਲ ਕਰਨ ਉਹਨੇ ਵੇਖਿਆ ਕਿ ਇੱਕ ਜੱਟ ਨਾ ਪੋਹ ਦੇ ਦਿਹਾੜਿਆਂ 'ਚ ਪੋਹ ਉਹਨੂੰ ਕਹਿੰਦੇ ਨੇ ਜਦੋਂ ਫੁੱਲ ਠੰਡ ਪੈਂਦੀ ਹੈ ਕੋਰਾ ਪੈਂਦਾ ਅਤੇ ਉਹ ਪੋਹ ਦੇ ਦਿਹਾੜਿਆਂ 'ਚ ਆਪਣੀ ਕਣਕ ਨੂੰ ਪਾਣੀ ਲਾ ਰਿਹਾ ਸੀ ਬਾਦਸ਼ਾਹ ਨੇ ਜਦੋਂ ਵੇਖਿਆ ਨਾ ਕਿਸਾਨ ਨੂੰ ਕਿ ਪੋਹ ਦੇ ਦਿਹਾੜਿਆਂ 'ਚ ਆਪਣੀ ਕਣਕ ਨੂੰ ਪਾਣੀ ਲਾ ਰਿਹਾ ਨੰਗੇ ਪੈਰੀ ਫਿਰ ਰਿਹਾ ਬਾਦਸ਼ਾਹ ਨੇ ਕਿੱਟ ਕੀਤੀ ਸੀ ਬੂਟ ਸ਼ੂਟ ਪਾਏ ਅਤੇ ਉੱਤੇ ਜੈਕਟ ਵਗੈਰਾ ਕੰਬਲ ਜੋ ਵੀ ਉਦੋਂ ਚੱਲਦਾ ਸੀ ਬਾਦਸ਼ਾਹ ਨੇ ਅਤੇ ਉਹ ਲਿਆ ਸੀ ਫੁੱਲ ਤਿਆਰ ਹੋ ਕੇ ਨਿਕਲਿਆ ਸੀ ਕਿ ਠੰਡ ਨਾ ਲੱਗੇ ਅਤੇ ਜਦੋਂ ਉਹਨੇ ਵੇਖਿਆ ਕਿ ਜੱਟ ਜਿਹੜਾ ਹੈ ਇੱਕ ਠੰਡ ਦੇ ਵਿੱਚ ਨੰਗੇ ਪੈਰੀ ਫਿਰਦਾ ਪਿਆ ਪਾਣੀ ਲਾਉਂਦੇ ਆ ਉਹਨੇ ਪੁੱਛਿਆ ਕਿ ਇਹਨੂੰ ਠੰਡ ਨਹੀਂ ਲੱਗਦੀ ਉਹਨੇ ਕਿਹਾ ਨਹੀਂ ਬਾਦਸ਼ਾਹ ਸਾਹਿਬ ਇਹਨੇ ਨਾ ਇਹਦੀ ਆਦਤ ਹੋ ਗਈ ਹੈ ਇੰਝ ਕੰਮ ਕਰਦਾ ਉਹਨੇ ਕਿਹਾ ਅੱਛਾ ਉਹਨੇ ਕਿਹਾ ਇਹਨੂੰ ਮਹਿਲ 'ਚ ਬੁਲਾਇਆ ਜਾਏ ਉਹਨੇ ਉਹਨੂੰ ਮਹਿਲ 'ਚ ਬੁਲਾਇਆ ਕਿਸਾਨ ਨੂੰ 6 ਮਹੀਨੇ ਮਹਿਲ 'ਚ ਰੱਖਿਆ ਫੁੱਲ ਸਹੂਲੀਅਤ ਦਿੱਤੀ ਮਤਲਬ ਉਹ ਵੀ ਨਾਰਮਲ ਜ਼ਿੰਦਗੀ ਜੀਣ ਲੱਗ ਗਿਆ ਸੀ ਉਹ ਬਾਦਸ਼ਾਹ ਵਾਲੀ ਜ਼ਿੰਦਗੀ ਜੀਣ ਲੱਗ ਗਿਆ ਮਤਲਬ ਸਾਰਾ ਦਿਨ ਉੱਥੇ ਹੀਟਰ 'ਚ ਰਹਿਣਾ ਕੰਬਲ 'ਚ ਸੁੱਤਿਆਂ ਰਹਿਣਾ ਕੋਈ ਕੰਮ ਨਾ ਕਰਨਾ ਉਹ ਆਪਣੀ ਮਿਹਨਤ ਭੁੱਲ ਗਿਆ ਸੀ ਕਿਸਾਨ ਅਤੇ 6 ਮਹੀਨੇ ਬਾਅਦ ਜਦੋਂ ਅਗਲੀ ਠੰਡ ਆਈ ਨਾ ਪੋਹ ਦੇ ਦਿਹਾੜੇ ਉਹਨੇ ਕਿਹਾ ਉਹਨੂੰ ਛੱਡ ਕੇ ਆਓ ਵਾਪਸ ਉੱਥੇ ਫਿਰ ਵਾਪਸ ਜਦੋਂ ਉਹਨੂੰ ਜ਼ਮੀਨ 'ਚ ਛੱਡ ਕੇ ਆਇਆ ਉਹਨੇ ਕਣਕ ਨੂੰ ਪਾਣੀ ਲਾਇਆ ਉਹਨੂੰ ਠੰਡ ਲੱਗੀ ਅਤੇ ਉਹ ਮਰ ਗਿਆ ਇੱਥੋਂ ਕੀ ਸਬਕ ਸਿੱਖਣ ਨੂੰ ਮਿਲਦਾ ਕਿ ਜਿੱਥੇ ਬੰਦਾ ਜਿਵੇਂ ਰਹਿੰਦਾ ਹੈ ਉਹਨੂੰ ਉਂਝ ਦੇ ਮਾਹੌਲ ਦੀ ਆਦਤ ਪੈ ਜਾਂਦੀ ਹੈ ਅਸੀਂ ਇੱਥੇ ਜੇ ਕੰਮ ਕਰਦੇ ਹਾਂ ਧੁੱਪੇ ਸਾਨੂੰ ਆਦਤ ਪੈ ਗਈ ਹੈ ਗਰਮੀ ਲੱਗਦੀ ਹੈ ਪਰ ਬਰਦਾਸ਼ਤ ਕੂਵਤ ਜ਼ਿਆਦਾ ਹੋ ਗਈ ਹੈ ਬਰਦਾਸ਼ਤ ਦੀ ਇਸ ਕਰਕੇ ਬਰਦਾਸ਼ਤ ਹੋ ਜਾਂਦੀ ਹੈ ਅਤੇ ਜੇ ਕੋਈ ਨਵਾਂ ਬੰਦਾ ਏਸੀਆਂ 'ਚੋਂ ਸ਼ਹਿਰ 'ਚੋਂ ਏਸੀ 'ਚ ਉੱਠ ਕੇ ਆ ਕੇ ਇੱਥੇ ਕੰਮ ਕਰੇਗਾ ਅਤੇ ਉਹਨੂੰ ਬੜੀ ਗਰਮੀ ਲੱਗਣੀ ਉਹਨੇ ਕਹਿਣਾ ਯਾਰ ਤੁਸੀਂ ਕਿਵੇਂ ਕਰ ਲੈਂਦੇ ਹੋ ਅਕਸਰ ਬੰਦੇ ਮਿਲਣ ਆਉਂਦੇ ਨਾ ਪੁੱਛਦੇ ਨੇ ਅਸੀਂ ਧੁੱਪੇ ਖਾਲਾ ਕੱਢਦੇ ਹੁੰਦੇ ਹਾਂ ਅਤੇ ਉਹ ਪੁੱਛਦੇ ਨੇ ਯਾਰ ਤੁਸੀਂ ਕਿਵੇਂ ਕਰ ਲੈਂਦੇ ਹੋ ਇੰਝ ਹੀ ਸਾਡੀ ਆਦਤ ਹੋ ਜਾਂਦੀ ਆ ਜਿਹੜਾ ਬੰਦਾ ਜਿੱਥੇ ਵੇ ਉਹ ਪਰਫੈਕਟ ਹੈ ਐਵੇਂ ਤਾਂ ਨਹੀਂ ਕਹਾਵਤ ਬਣੀ ਜਿਸ ਕਾ ਕਾਮ ਉਸੀ ਕੋ ਸਾਜੇ ਅਗਰ ਦੂਸਰਾ ਕਰੇ ਤੋ ਸਟਾਰਟ ਕਰੋ ਚੁਕਾਓ ਮੈਂ ਚੁਕਾਨਾ ਕਰ ਰਹੇ ਨੇ ਸਪਰੇ ਕਾਇਨਾਤ ਮੂੰਜੀ ਹੈ ਇਹ ਵੀ ਨਿਸਰਾਂ ਨਾਲ ਹੀ ਇਹਨੂੰ ਤਾਂ ਕਰਦੇ ਪਏ ਨੇ ਵਿੱਚ ਵਿੱਚ ਨਿਸਰੀ ਵੀ ਆ ਤੇ ਇਹ ਜਿਹੜੀ ਇੱਧਰ ਆ ਸੁਪਰੀ ਇਹ ਮਾਸ਼ਾਅੱਲਾ 27 ਕਿੱਲੇ ਨਿਸਰ ਆਈ ਆ ਬੜਾ ਫਲ ਲੱਗਿਆ ਵੇਖੋ ਤੁਸੀਂ ਬਸ ਹੁਣ ਪੈਸੇ ਆਉਣ ਵਾਲੇ ਹੀ ਨੇ ਉਹ ਸਾਡੀ ਹਵੇਲੀ ਆ ਤੇ ਇੱਧਰ ਮੋਟਰਵੇ ਆ ਠੀਕ ਹੈ ਖਾਲਾ ਚੱਲਦਾ ਪਿਆ ਇੱਥੇ ਪਾਣੀ ਭਰ ਭਰ ਸਪਰੇ ਕਰਦੇ ਪਏ ਆ ਨਹਿਰ ਦਾ ਪਾਣੀ ਲੱਗਾ ਹੋਏ ਫੁੱਲ ਜੋਬਨ ਤੇ ਅਸੀਂ ਸਪਰੇ ਕਰਦੇ ਪਏ ਆ ਟੈਂਕੀ ਭਰ ਕੇ ਰੱਖੀ ਪਿੱਛੇ ਖਾਲ 'ਚ ਡਿੱਗ ਪਈ ਹੈ ਅਤੇ ਹੁਣ ਸਟਾਰਟ ਨਹੀਂ ਹੁੰਦੀ ਪਈ ਪਤਾ ਨਹੀਂ ਕੀ ਬਣ ਗਿਆ ਇਹਨੂੰ ਹਲੇ 4 ਕਿੱਲੇ 'ਚ ਸਪਰੇ ਮਾਰ ਹਾਂ ਕਿੱਕ ਮਾਰ ਵਿੱਚ ਪਾਣੀ ਪੈ ਗਿਆ ਸਲੰਸਰ ਦੇ ਕਾਲਾ ਪੈਣ ਦਾ ਮੁਕਾਮ ਕਰ ਲਿਆ ਜੇ ਨਾ ਟੈਂਕੀ ਖਰਾਬ ਹੋ ਗਈ ਸੀ ਨਾ ਇੱਕ ਅਤੇ ਦੂਜੀ ਲੈ ਕੇ ਆਏ ਹਾਂ ਉਹਦੇ 'ਚੋਂ ਤੇਲ ਕੱਢ ਕੇ ਉਹਦੇ 'ਚ ਪਾ ਰਹੇ ਹਾਂ ਪਾ ਦੇ ਤੇਲ ਪੈਟਰੋਲ ਪੈਟਰੋਲ ਕੱਢ ਕੇ ਉਹਦੇ 'ਚ ਇਹਦੇ 'ਚ ਪਾ ਰਹੇ ਹਾਂ ਕਿਉਂਕਿ ਇਹਦੇ 'ਚ ਤੇਲ ਹੈ ਨਹੀਂ ਸੀ ਅਤੇ ਦੂਸਰੀ ਟੈਂਕੀ ਵਾਲਾ ਬੰਦਾ ਆਪਣਾ ਉਹ ਫਿਰ ਰਿਹਾ ਉਹ ਆ ਰਿਹਾ ਲੈ ਕੇ ਇਹ ਇੱਥੋਂ ਜ਼ੂਮ ਨਹੀਂ ਹੁੰਦਾ ਨਹੀਂ ਤਾਂ ਜ਼ੂਮ ਕਰਕੇ ਵਹਾਂਦੇ ਇੱਕ ਟੈਂਕੀ ਉਹ ਖਰਾਬ ਹੋ ਗਈ ਸੀ ਹੁਣ ਜਾ ਕੇ ਡੇਰੇ ਤੋਂ ਲੈ ਕੇ ਆਏ ਹਾਂ ਤੀਜੀ ਇੱਕ ਖਰਾਬ ਹੋ ਗਈ ਆ ਭਰੀ ਭਰਾਈ ਟੈਂਕੀ ਆ ਖਾਲ ਦੇ ਵਿੱਚ ਡਿੱਗ ਪਈ ਸੀ ਅਤੇ ਉਹਦੇ 'ਚ ਪਾਣੀ ਪੈ ਗਿਆ ਸਲੰਸਰ 'ਚ ਪਤਾ ਨਹੀਂ ਅਤੇ ਉਹ ਸਟਾਰਟ ਨਹੀਂ ਹੁੰਦੀ ਹੁਣ ਜਾ ਕੇ ਅਸੀਂ ਲੈ ਗਏ ਹਾਂ ਤੀਜੀ ਟੈਂਕੀ ਠੀਕ ਆ ਇੰਝ ਹੀ ਸਿਆਪੇ ਆ ਸਾਰੀ ਦਿਹਾੜੀ ਕਰ ਸੋਚੀਦਾ ਕੁਛ ਹੁੰਦਾ ਕੁਛ ਅਸੀਂ ਤਾਂ ਕਿਹਾ ਸੀ ਹੁਣ ਤੱਕ ਸਪਰੇ ਮੁੱਕ ਜਾਏਗੀ ਪਰ ਉਹ ਇੱਕ ਟੈਂਕੀ ਉਹ ਇੱਕ ਖਰਾਬ ਹੋ ਗਈ ਹੁਣ ਤੀਜੀ ਲੈ ਕੇ ਆਏ ਹਾਂ ਇੱਕ ਤਾਂ ਚੱਲਦੀ ਨਹੀਂ ਹੁਣ ਚਲੋ ਉਹਨੂੰ ਵਾਧੂ ਸਹੀ ਕਰਾਵਾਂਗੇ ਪਹਿਲਾਂ ਸਪਰੇ ਵਾਲਾ ਕੰਮ ਤਾਂ ਨਿਬੇੜੀਏ ਸਟਾਰਟ ਕੀਤੀ ਹੋਈ ਨਹੀਂ ਹਾਂ ਕੋਈ ਨਹੀਂ ਹੋਈ ਕਿੰਨੀਆਂ ਟੈਂਕੀਆਂ ਰਹਿ ਗਈਆਂ ਉਹਦੀਆਂ ਉਹ ਕਿੰਨੀ
ਹੈ ਤਿੰਨ ਇੱਕ ਰਹਿ ਨਹੀਂ ਗਈ ਹਾਂ ਇਹ ਕਹਿੰਦੇ ਚ ਕੱਢੀ ਹਾਂ ਦੋਵਾਂ ਚ ਭਰੀਆਂ ਅੱਛਾ ਪੱਕੀ ਗੱਲ ਹੈ ਨਾ ਹਾਂ ਵੇ ਕੀ ਕਿਤੇ ਦਾਤ ਨਹੀਂ ਲਾਇਆ ਹਾਂਜੀ ਅੱਗੇ 4 ਕਿੱਲਿਆਂ ਦੀ ਦਵਾਈ ਲਾਈ ਸੀ ਤੇ 4 ਕਿੱਲਿਆਂ ਨਾਲ ਸਪਰੇਅ ਹੋ ਗਈ ਹਨ ਅਗਲੇ 4 ਕਿੱਲਿਆਂ ਦੀ ਮੂੰਹ ਨਾਲ ਨਾ ਖੋਲਿਆ ਕਰ ਫਿਰ ਲੰਮਾ ਪੈ ਜਾਏਗਾ ਥੋੜਾ ਜਿਹਾ ਟੱਕ ਲਾ ਥੋੜਾ ਜਿਹਾ ਟੱਕ ਲਾਇਆ ਫਿਰ ਉਥੇ ਹਸਪਤਾਲ ਬੱਜੋਗੇ ਹੈ ਐਂਬੂਲੈਂਸ 1122 ਵਾਲੇ ਇੱਥੇ ਹੀ ਆ ਜਾਣ ਉਹਨਾਂ ਇੱਥੇ ਹੀ ਇਹਨੂੰ ਬੋਤਲ ਲਾਈ ਜਾਣੀ ਗਰਮੀ ਬੜੀ ਹੋ ਗਈ ਯਾਰ ਦੋ ਦਿਨ ਨਾ ਦੋ ਦਿਨ ਸਕੂਨ ਸੀ ਅੱਗੇ ਬਾਰਿਸ਼ ਪਈ ਆਵੇ ਕੱਟਾ ਉੱਡਦਾ ਨਾ ਪਾਊਡਰ ਵਾਲਾ ਇਸ ਕਰਕੇ ਗਰਮੀ ਫਿਰ ਬੜੀ ਹੋ ਗਈ ਹੈ ਸਹੀ ਗੱਲ ਹੈ ਹਾਂਜੀ ਹੁਣ ਕਰਨ ਲੱਗੇ ਹਾਂ ਅਸੀਂ ਦੂਸਰੇ 4 ਕਿੱਲਿਆਂ ਸਪਰੇਅ 4 ਕਿੱਲਿਆਂ ਦੀ ਹੋ ਗਈ ਹੈ ਤੇ ਇਹਦੇ ਨਾਲ ਨਾਲ ਅਸੀਂ ਕਰਦੇ ਹਾਂ ਅੱਜ ਦਾ ਵਲਾਗ ਖਤਮ ਮੋਬਾਈਲ ਦੀ ਬੈਟਰੀ ਲੋ ਹੈ 3% ਰਹਿ ਗਈ ਹੈ ਪਤਾ ਨਹੀਂ ਕਦੋਂ ਬੰਦ ਹੋਈ ਹੈ ਤੇ ਇਸ ਕਰਕੇ ਨੈਕਸਟ ਵਲਾਗ ਕੱਲ੍ਹ ਬਣਾਵਾਂਗੇ ਤੇ ਤੁਸੀਂ ਵੀਡੀਓ ਪੂਰੀ ਜੇ ਦੇਖੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਤਾਂ ਕਿ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਜਾ ਕੇ ਬਾਕੀ ਲਵ ਯੂ ਹੈ ਸਾਰਿਆਂ ਨੂੰ ਕਿ ਤੁਸੀਂ ਇੰਨੀ ਸਪੋਰਟ ਕੀਤੀ ਹੱਸਦੇ ਰਹੋ ਵੱਸਦੇ ਰਹੋ